ਪੰਜਾਬੀਆਂ ਨੂੰ ਜਗਾਉਣ ਵਾਸਤੇ ਲੱਖਾਂ ਸਿਧਾਣਾ ਵੀ ਨਿਕਲਿਆ ਵੀ ਪੰਜਾਬ ਅਤੇ ਪੰਜਾਬੀਅਤ ਬਚਾਉਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਓ ਇੱਕ ਹੋ ਜਾਓ, ਪੰਜਾਬੀਓ ਇਕੱਠੇ ਹੋ ਜਾਓ, ਪੰਜਾਬੀਓ ਜਾਗ ਜੋ, ਬੜਾ ਰੌਲਾ ਹੁੰਦਾ। ਜਦੋਂ ਦੀਪ ਆਇਆ ਉਹਨੇ ਵੀ ਕਿਹਾ ਵੀ ਆਪਾਂ ਰਲ ਕੇ ਚੱਲੀਏ ਸਾਰੇ, ਇਹਨਾਂ ਨੂੰ ਵੀ ਕਿਹਾ, ਭਾਨੇ ਸਿੱਧੂ ਨੂੰ ਕਿਹਾ, ਲੱਖੇ ਸਿਧਾਣੇ ਨੂੰ ਕਿਹਾ, ਭਾਈ ਇਕੱਠੇ ਹੋ ਕੇ ਜਿਹੜੇ ਪੰਜਾਬੀ ਉਹ ਜਾਗਣ ਦਾ, ਪੰਜਾਬੀ ਉਹ ਇਕੱਠੇ ਹੋ ਜਾਓ ਦਾ ਰੌਲਾ ਅੱਜ ਪਾਈ ਜਾਂਦੇ ਨਾ, ਉਦੋਂ ਅਸੀਂ ਇਹ ਗੱਲਾਂ ਕਹੀਆਂ ਸੀ ਕਿ ਭਾਈ ਇਕੱਠੇ ਹੋ ਜਾਓ। ਉਦੋਂ ਦੇ ਜੀ ਸਾਡਾ ਵਿਚਾਰਧਾਰਕ ਮਤਭੇਦ ਹੈ ਸਾਡੇ, ਵੀ ਤੁਹਾਡੀ ਵਿਚਾਰਧਾਰਾ ਹੈ ਕਿਹੜੀ, ਕਿਹੜੀ ਵਿਚਾਰਧਾਰਾ ਤੁਹਾਡੀ, ਕਦੇ ਰੋਲਦੂ ਦੇ ਬੁੱਕਲ ਚ ਬਹਿ ਜਾਣਾ, ਕਦੇ ਰਾਜੇਵਾਲ ਦੇ ਬੁੱਕਲ ਚ ਬਹਿ ਜਾਣਾ, ਕਦੇ ਮੂਸੇ ਵਾਲੇ ਦੇ ਪਿਤਾ ਕੋਲ ਜਾਣਾ, ਕਦੇ ਕਾਂਗਰਸ ਦੇ ਸੁਖਪਾਲ ਖਹਿਰੇ ਕੋਲ ਜਾਣਾ, ਯਾਰ ਵਿਚਾਰਧਾਰਾ ਤਾਂ ਦੱਸ ਦਿਓ ਸਾਨੂੰ ਤੁਹਾਡੀ, ਕਿਹੜੀ ਹੈ ਜਿਹੜੀ ਪੰਜਾਬੀਆਂ ਨੂੰ ਜਗਾਉਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਬੜੀ ਉਥਲ ਪੁਥਲ ਜੀ ਮੱਚੀ ਹੋਈ ਹੈ। ਕੋਈ ਕਹਿੰਦਾ ਮੈਂ ਪੰਜਾਬ ਬਚਾਉਣ ਵਾਸਤੇ ਚੱਲਿਆ, ਕੋਈ ਕਹਿੰਦਾ ਮੈਂ ਪੰਜਾਬ ਅਤੇ ਪੰਜਾਬੀਅਤ ਬਚਾਉਣ ਵਾਸਤੇ ਚੱਲਿਆ। ਬੜਾ ਪ੍ਰਸ਼ਾਸਨ ਵੱਲੋਂ ਲੋਕਾਂ 'ਤੇ ਬੜਾ ਦਬਾਅ ਪਾਇਆ ਜਾਂਦਾ, ਨਜਾਇਜ਼ ਪਰਚੇ ਕੀਤੇ ਜਾ ਰਹੇ ਹੈ। ਕੱਲ ਭਾਨੇ ਸਿੱਧੂ 'ਤੇ ਇੱਕ ਪਰਚਾ ਪਾਇਆ, ਸੁਣਨ ਦੇ ਵਿੱਚ ਆਇਆ ਕਿ ਉਹਨੇ ਇੱਕ ਏਜੰਟ ਤੋਂ 10,000 ਰੁਪਇਆ ਮੰਗਿਆ ਅਤੇ ਉਹਦੇ 'ਤੇ ਪਰਚਾ ਦਰਜ ਕਰਤਾ। ਬੜੀ ਹਾਸੋਹੀਣੀ ਗੱਲ ਹੈ ਵੀ ਜਿਹੜੇ ਏਜੰਟ ਨੇ 15-20 ਲੱਖ ਰੁਪਇਆ ਲੋਕਾਂ ਦਾ ਨੱਪਿਆ, 10 ਕਿਸੇ ਦਾ ਨੱਪਿਆ, 30 ਕਿਸੇ ਦਾ ਨੱਪਿਆ, ਉਹਦੇ 'ਤੇ ਕੋਈ ਪਰਚਾ ਨਹੀਂ। ਜਿਹਨੇ ਨੱਪ ਲਿਆ ਉਹਦੇ 'ਤੇ ਕੋਈ ਪਰਚਾ ਨਹੀਂ, ਜਿਹਨੇ ਸਿਰਫ ਇਹ ਕਹੇ ਪੁਲਿਸ ਦੀ ਕਹਾਣੀ ਮੁਤਾਬਕ ਕਿ 10,000 ਰੁਪਇਆ ਮੰਗਿਆ, ਮੰਗੇ ਦਾ ਪਰਚਾ ਹੋ ਗਿਆ। ਲੁਧਿਆਣੇ ਦੇ ਵਿੱਚ ਸਾਡੀ BKU ਫਤਿਹ ਦੇ ਵਰਕਰਾਂ ਨੇ ਉਸ ਥਾਣੇ ਦਾ ਘਿਰਾਓ ਵੀ ਕੀਤਾ। ਉਧਰੋਂ ਪੰਜਾਬੀਆਂ ਨੂੰ ਜਗਾਉਣ ਵਾਸਤੇ ਲੱਖਾਂ ਸਿਧਾਣਾ ਵੀ ਨਿਕਲਿਆ ਵੀ ਪੰਜਾਬ ਅਤੇ ਪੰਜਾਬੀਅਤ ਬਚਾਉਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀ ਉਹ ਇੱਕ ਹੋ ਜਾਓ, ਪੰਜਾਬੀ ਉਹ ਇਕੱਠੇ ਹੋ ਜਾਓ, ਪੰਜਾਬੀ ਉਹ ਜਾਗ ਜੋ, ਬੜਾ ਰੌਲਾ ਪਾ ਰਿਹਾ। ਅਸੀਂ ਵੀ ਉਹਦੀ ਸਪੋਰਟ ਕੀਤੀ ਹੈ ਜਦੋਂ ਉਹਨੇ 'ਤੇ ਪਰਚਾ ਹੋਇਆ ਸੀਗਾ BKU ਫਤਿਹ ਵੱਲੋਂ। ਪਰ ਮੈਂ ਇੱਕ ਗੱਲ ਹੋਰ ਕਹਿੰਦਾ ਵੀ ਜਦੋਂ ਦੀਪ ਆਇਆ ਉਹਨੇ ਵੀ ਕਿਹਾ ਵੀ ਆਪਾਂ ਰਲ ਕੇ ਚੱਲੀਏ ਸਾਰੇ, ਇਹਨਾਂ ਨੂੰ ਵੀ ਕਿਹਾ, ਭਾਨੇ ਸਿੱਧੂ ਨੂੰ ਕਿਹਾ, ਲੱਖੇ ਸਿਧਾਣੇ ਨੂੰ ਕਿਹਾ, ਭਾਈ ਇਕੱਠੇ ਹੋ ਕੇ ਜਿਹੜੇ ਪੰਜਾਬੀ ਉਹ ਜਾਗਣ ਦਾ, ਪੰਜਾਬੀ ਉਹ ਇਕੱਠੇ ਹੋ ਜਾਓ ਦਾ ਰੌਲਾ ਅੱਜ ਪਾਈ ਜਾਂਦੇ ਨਾ, ਉਦੋਂ ਅਸੀਂ ਇਹ ਗੱਲਾਂ ਕਹੀਆਂ ਸੀ ਕਿ ਭਾਈ ਇਕੱਠੇ ਹੋ ਜਾਓ। ਉਦੋਂ ਦੇ ਜੀ ਸਾਡਾ ਵਿਚਾਰਧਾਰਕ ਮਤਭੇਦ ਹੈ ਸਾਡੇ, ਵੀ ਤੁਹਾਡੀ ਵਿਚਾਰਧਾਰਾ ਹੈ ਕਿਹੜੀ, ਕਿਹੜੀ ਵਿਚਾਰਧਾਰਾ ਤੁਹਾਡੀ, ਕਦੇ ਰੋਲਦੂ ਦੇ ਬੁੱਕਲ 'ਚ ਬਹਿ ਜਾਣਾ, ਕਦੇ ਰਾਜੇਵਾਲ ਦੇ ਬੁੱਕਲ 'ਚ ਬਹਿ ਜਾਣਾ, ਕਦੇ ਮੂਸੇ ਵਾਲੇ ਦੇ ਪਿਤਾ ਕੋਲ ਜਾ ਵੜਨਾ, ਕਦੇ ਕਾਂਗਰਸ ਦੇ ਸੁਖਪਾਲ ਖਹਿਰੇ ਕੋਲ ਜਾ ਵੜਨਾ, ਯਾਰ ਵਿਚਾਰਧਾਰਾ ਤਾਂ ਦੱਸ ਦਿਓ ਸਾਨੂੰ ਤੁਹਾਡੀ, ਕਿਹੜੀ ਹੈ ਜਿਹੜੀ ਪੰਜਾਬੀਆਂ ਨੂੰ ਜਗਾਉਂਦੇ ਹੋ। ਮੈਂ ਕਹਿੰਦਾ ਪੰਜਾਬ ਵਾਸਤੇ ਜਿਹੜਾ ਬੋਲਦਾ, ਪੰਜਾਬੀ ਵਾਸਤੇ ਜਿਹੜਾ ਬੋਲਦਾ, ਅਸੀਂ ਸਪੋਰਟ ਕਰਦੇ ਹਾਂ, ਚੰਗੀ ਗੱਲ ਹੈ। ਭਾਨੇ ਸਿੱਧੂ 'ਤੇ ਪਰਚਾ ਕੀਤਾ ਅਸੀਂ ਕਹਿੰਦੇ ਗਲਤ ਹੈ, ਪਰ ਇੱਕ ਪਾਸੇ ਤੁਸੀਂ ਰੌਲਾ ਪਾਈ ਜਾਂਦੇ ਯਾਰ ਵੀ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਅਤੇ ਜਦੋਂ ਇਕੱਠੇ ਹੋਣ ਵਾਲੇ ਹੋਏ ਸੀ, ਜਦੋਂ ਉਹ ਕਹਿੰਦੇ ਸੀ ਵੀ ਆਓ ਇਕੱਠੇ ਹੋਈਏ, ਉਦੋਂ ਨਹੀਂ ਸਾਡੇ ਵਿਚਾਰਧਾਰਕ ਮਤਭੇਦ ਹੈ, ਵੀ ਤੁਹਾਡੇ ਵਿਚਾਰ ਭੇਦ ਮਤ ਉੱਥੇ ਹੁੰਦੇ ਆ ਵਿਚਾਰ
ਧਾਰਕ ਮਤਭੇਦ ਜਿੱਥੇ ਬਰਾਬਰਤਾ ਹੋਵੇ। ਯਾਰ ਤੁਹਾਡੀ ਵਿਚਾਰਧਾਰਾ ਦੀਪ ਸਿੱਧੂ ਦੀ ਵਿਚਾਰਧਾਰਾ ਦੇ ਬਰਾਬਰ ਖੜਦੀ ਕਿੱਥੇ ਆ? ਵੀ ਜਿਹੜਾ ਤੁਹਾਡਾ ਮਤਭੇਦ ਸੀਗੇ ਕਿੱਥੇ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ? ਉਦੋਂ ਉਦੋਂ ਨਹੀਂ ਇਕੱਠੇ ਹੋਣਾ, ਉਦੋਂ ਨਹੀਂ ਪੰਜਾਬੀਆਂ ਦੀ ਫਿਕਰ ਆਈ ਵੀ ਯਾਰ ਇਕੱਠੇ ਹੋ ਜਾਓ ਸਾਰੇ ਜਣੇ ਇਕੱਠੇ ਹੋ ਜਾਓ। ਹੁਣ ਰੌਲਾ ਪਾਉਂਦੇ ਫਿਰਦੇ, ਹੁਣ ਦੀਪ ਨੇ ਐਂ ਕਿਹਾ, ਦੀਪ ਨੇ ਐਂ ਕਿਹਾ, ਦੀਪ ਨੇ ਐਂ ਕਿਹਾ। ਜਦੋਂ ਦੀਪ ਸੀਗਾ ਉਦੋਂ ਸਾਰੇ ਚੀਂਗ ਚਿੰਗਾੜਾ ਪਾਉਂਦੇ ਸੀਗੇ ਵੀ ਇਹ ਐਂ ਕਰਤਾ ਜੀ, ਇਹ ਬੀਜੇਪੀ ਦਾ, ਇਹ ਗਦਾਰ ਹੈ, ਇਹ ਏਜੰਟ ਹੈ। ਹੱਦ ਹੋ ਗਈ ਯਾਰ, ਜਦੋਂ ਲੋੜ ਵੇਲੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ, ਜਦੋਂ ਸਮਾਂ ਹੁੰਦਾ ਉਦੋਂ ਤੁਸੀਂ ਗਧੇ ਵਾਂਗੂ ਟੀਟਣੇ ਵੀ ਮਾਰਦੇ ਆ। ਲੋੜ ਹੈ ਅਸੀਂ ਵੀ ਕਹਿੰਦੇ ਹਾਂ ਵੀ ਇਕੱਠੇ ਹੋਣਾ ਚਾਹੀਦਾ। ਜੇ ਥੋੜੇ ਬਹੁਤੇ ਮਤਭੇਦ ਹੈ, ਥੋੜੇ ਬਹੁਤੇ ਵਿਚਾਰਕ ਮਤਭੇਦ ਹੋਣਗੇ ਤਾਂ ਇਹ ਜ਼ਰੂਰੀ ਹੁੰਦੇ ਆ। ਪੰਜਾਬ ਨੂੰ ਬਚਾਉਣਾ ਤਾਂ ਇਕੱਠੇ ਹੋਣਾ ਹੀ ਪਵੇਗਾ, ਇੱਕ ਵਿਚਾਰਧਾਰਾ ਵਾਲਿਆਂ ਨੂੰ ਜਾਂ ਵੱਖ ਵੱਖ ਵਿਚਾਰਧਾਰਾਵਾਂ ਵਾਲਿਆਂ ਨੂੰ, ਅਤੇ ਨਹੀਂ ਤਾਂ ਜਿਹੜਾ ਨਾਸ ਮਾਰ ਰਹੇ ਹੈ, ਜਿਹੜਾ ਨਾਸ ਮਾਰ ਰਹੇ ਹੈ ਵੱਖ ਵੱਖ ਵਿਚਾਰਧਾਰਾਵਾਂ ਵਾਲੇ, ਕਦੇ ਕੋਈ MSP ਵਾਸਤੇ ਭੱਜਿਆ ਫਿਰਦਾ, ਕੋਈ ਏਜੰਟਾਂ ਦੇ ਮਗਰ ਭੱਜਿਆ ਫਿਰਦਾ, ਕੋਈ ਇੱਕ ਇੱਕ ਕਰਕੇ। ਤੇ ਦੀਪ ਕੀ ਕਹਿੰਦਾ ਸੀਗਾ, ਸਾਰੀ ਸਿਸਟਮ ਬਦਲਣਾ ਜਿਹੜਾ ਹੈ, ਜਾਂ ਸਾਡੀ ਲੜਾਈ ਆ ਜਿਹੜੀ ਹੋਂਦ ਦੀ ਲੜਾਈ ਆ, ਉਹਦੇ ਵਾਸਤੇ ਲੜਨਾ ਪਊਗਾ। ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜਦੇ ਫਿਰਦੇ ਹਾਂ, ਸਮਾਂ ਰਹਿੰਦੇ ਇਕੱਠੇ ਹੋ ਜਾਈਏ ਤਾਂ ਚੰਗੀ ਗੱਲ ਹੈ। ਉਮੀਦ ਕਰਦੇ ਹਾਂ ਕਿ ਇਕੱਠੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।